ਅਸਲਾਮੁਅਲੈਕਮ ਜੀ ਸਾਡੇ ਨਾ ਜੀ ਇੱਕ ਇਥੇ ਐਮਪੀਏ ਹੋਏ ਆ ਅੱਲਾਹ ਤਾਲਾ ਜੰਨਤ ਨਸੀਬ ਕਰੇ ਅੱਲਾ ਉਹਨਾਂ ਦੇ ਦਰਜਾਤ ਬਲੰਦ ਫਰਮਾਏ ਬਹੁਤ ਦਾਨਾ ਬੀਨਾ ਆਦਮੀ ਸੀ ਪਰਿਆਦਾਰ ਸਕੂਲੇ ਕਾਲਜੇ ਨਹੀਂ ਉਹ ਗਏ ਕਿਸੇ ਲੇਕਿਨ ਨਾ ਤਾਲੀਮ ਉਹਨਾਂ ਦੀ ਪੂਰੀ ਸੀ 20 ਜਮਾਤਾਂ ਉਹ ਕੋ ਕੰਮ ਪੈ ਗਿਆ ਤੇ ਕਿਸੇ ਗਰੀਬ ਦਾ ਕੰਮ ਸੀ ਸੈਕਟਰੀ ਸਾਹਿਬ ਕੋਲ ਚਲੇ ਗਏ ਸੈਕਟਰੀਏਟ ਲਾਹੌਰ ਸੈਕਟਰੀ ਸਾਹਿਬ ਨੇ ਕਹੇ ਸਰਦਾਰ ਸਾਹਿਬ ਇਹ ਕੰਮ ਨਹੀਂ ਹੋ ਸਕਦਾ ਉਹ ਕਹਿੰਦੇ ਗੱਲ ਸੁਣੋ ਜੀ ਜਨਾਬ ਸਾਹਿਬ ਬਹਾਦਰ ਠੀਕ ਹੈ ਮੈਂ ਸਕੂਲੇ ਨਹੀਂ ਗਿਆ ਮੈਨੂੰ ਪਤਾ ਜਿਹੜਾ ਮੁੰਡਾ ਕਾਬਲ ਤਰੀਨ ਹੋਵੇ ਉਹ ਪਾਸ ਕਰਦਾ میٹرک ਫਿਰ ਕਾਬਲ ਤਰੀਨ ਐਫਐਸਸੀ ਕਰਦਾ ਜਾਂ ਐਫਏ ਕਰਦਾ ਬੀਏ ਕਰਦਾ ਫਿਰ ਜਿਹੜੀ ਟਾਪ ਦੀ ਮਲਾਈ ਹੁੰਦੀ ਹੈ کریم ਹੁੰਦੀ ਹੈ ਉਹ ਮੁਕਾਬਲੇ ਦਾ ਇਮਤਿਹਾਨ ਦਿੰਦੀ ਜਿਹੜੀ ਉਹਨਾਂ ਦੀ ਮਕਰੀਮ ਹੁੰਦੀ ਹੈ ਉਹ ਏਸੀ ਲੱਗਦੀ ਆ ਬਾਕੀ ਦੇ ਦੂਸਰੇ ਮਹਿਕਮੇ ਚਲ ਜਾਂਦੇ ਜਿਹੜਾ ਏਸੀਆਂ ਦੇ ਵਿੱਚ ਕਰੀਮ ਹੋਵੇ ਉਹ ਡੀਸੀ ਬਣ ਜਾਂਦਾ ਜਿਹੜਾ ਉਹਨਾਂ ਦੇ ਵਿੱਚੋਂ ਨਿਖਰ ਜਾਵੇ ਉਹ ਕਮਿਸ਼ਨਰ ਬਣਦਾ ਕਮਿਸ਼ਨਰ ਤੋਂ ਬਾਅਦ ਫਿਰ ਸੈਕਟਰੀ ਬਣਦਾ ਇਹਦਾ ਮਤਲਬ ਤਾਲੀਮ ਦੀ ਅਖੀਰ ਹੈ ਤੁਹਾਡੇ ਕੋਲ ਤੇ ਆ ਤੁਹਾਡੇ ਕਲਮ ਚ ਸਿਆਹੀ ਹੈਗੀ ਆ ਉਹਰਾ ਤੋਂ ਕਾਗਜ਼ ਮੇਰੇ ਕੋਲ ਹੈ ਇਹਦੇ ਤੇ ਇੱਕ ਘੁਗੀ ਮਾਰਨੀ ਆ ਕਿਉਂ ਨਹੀਂ ਵੱਜਦੀ ਉਹ ਗੱਲ ਹੈ ਜੀ ਇੱਥੇ ਸਾਡੇ ਰੌਲਾ ਪਿਆ ਆ ਕੱਲ ਦਾ ਇੱਕ ਕਮਿਸ਼ਨਰ ਸਾਹਿਬ ਆ ਚੱਠਾ ਸਾਹਿਬ ਲਿਆਕਤ ਸਾਹਿਬ ਯਾਰ ਮੁਲਕ ਦੀ کریم ਆ ਇੰਨੇ ਸਾਲ ਤੁਸੀਂ ਉਹਨੂੰ ਲਈ ਰੱਖਿਆ ਅਫਸਰ ਹੁਣ ਕਹਿੰਦੇ ਉਹਨੂੰ ਆ ਆ ਆ ਮਕਾਮ ਇਬਰਤ ਹੈ ਸਾਡੇ ਵਾਸਤੇ ਆਮ ਪਾਕਿਸਤਾਨੀਆਂ ਵਾਸਤੇ ਹੁਕਮਾਨ ਤਾਂ ਬਾਦਸ਼ਾਹ ਹੋਏ ਉਹਨਾਂ ਦੀ ਗੱਲ ਤੇ ਮਿੱਟੀ ਪਾਓ